ਕਲਟੀਵੇਟਰ ਕਿੰਨੇ ਪਾਉਣੇ ਜੀ ਇਹਦੇ ਮਗਰ? 17 ਜੀ, ਤਵੀਆਂ 24। ਇਹ ਜੀ 66.6 ਹਾਰਸ ਪਾਵਰ ਦੀ ਰਜਿਸਟ੍ਰੇਸ਼ਨ ਤੇ ਲਿਖੀ। ਹਾਂਜੀ, ਤੇ ਆਮ ਦਾ ਡੀਜ਼ਲ ਘੱਟ ਖਾਂਦਾ ਆਮ ਟਰੈਕਟਰਾਂ ਨਾਲੋਂ। 40 ਸਾਲ ਬਾਅਦ ਪਹਿਲੀ ਵਾਰ ਰਿਪੇਅਰ ਕਰਾਈ ਅਮਰੀਕਾ। ਏਡਨ ਇੰਗਲੈਂਡ ਲਿਖਿਆ ਹੁੰਦਾ ਸੀਗਾ। ਅੱਛਾ ਜੀ। ਤੇ ਕਿਸੇ ਨੇ ਸ਼ਰਾਰਤ ਨਾਲ ਵੀ ਢਾ ਦਈਏ ਤੇ ਪਰ ਸਟicker ਨਹੀਂ ਪੱਟਿਆ ਗਿਆ। ਜਿਹੜੇ ਸਪੈਂਡਲ ਆ ਇਹਦੇ ਸਪੈਂਡਲ ਵੀ ਰੀਜਨਲ ਆ, ਕੋਈ ਸਪੈਂਡਲ ਨਹੀਂ ਟੁੱਟਿਆ ਅਜੇ ਤਾਂ। ਇੱਕ ਹੀ ਲੀਵਰ ਹੈ ਦਾ ਆਮ ਅਗਲਾ ਆ ਦਿੰਦਾ, ਇਹ ਕੰਟਰੋਲ ਨਹੀਂ ਹੁੰਦੀ। ਆ ਜਿਹੜਾ ਅੰਦਰਲਾ ਲੀਵਰ ਆ ਇਹ ਕੰਟਰੋਲ ਕਰਨ ਵਾਸਤੇ ਐਡੋਡੀ ਸਟੇਜ ਤੇ ਹੋ ਜਾਂਦਾ ਜੀ। ਇੱਕ ਇੱਥੇ ਹੋ ਗਿਆ ਜੀ, ਇੱਕ ਉਹਦੇ ਉੱਤੇ ਹੋ ਗਿਆ ਜੀ। ਸਤਿ ਸ੍ਰੀ ਅਕਾਲ ਜੀ, ਮਿਸਟਰ ਸੁਖਦੀਪ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਆਪਾਂ ਤੁਹਾਡੇ ਲਈ ਜੋ ਵੀਡੀਓ ਲੈ ਕੇ ਆਏ ਹਾਂ ਜੀ, ਉਹ ਹੈ ਜੀ ਫੋਰਡ 6600 ਮੇਡ ਇਨ ਇੰਗਲੈਂਡ, ਆਪਣੇ ਨਾਲ ਸਰਪੰਚ ਸਾਹਿਬ ਦਾ ਇਹਨਾਂ ਦਾ ਇਹ ਟਰੈਕਟਰ ਹੈ ਜੀ। ਇਹਨਾਂ ਤੋਂ ਆਪਾਂ ਇਹਨਾਂ ਬਾਰੇ ਜਾਣਕਾਰੀ ਲਵਾਂਗੇ, ਟਰੈਕਟਰ ਬਾਰੇ ਕਿ ਇਸ ਟਰੈਕਟਰ ਦੇ ਵਿੱਚ ਕੀ ਖਾਸ ਆ, ਕਿਹੜਾ ਮਾਡਲ ਆ, ਕਿੱਥੋਂ ਇਹਨਾਂ ਨੇ ਖਰੀਦਿਆ ਸੀ, ਪੂਰੀ ਜਾਣਕਾਰੀ ਆਪਾਂ ਸਰਪੰਚ ਸਾਹਿਬ ਤੋਂ ਲੈਣੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਇਹ ਕਿਹੜਾ ਮਾਡਲ ਟਰੈਕਟਰ ਆ ਜੀ? 79 ਮਾਡਲ ਹੈ। ਇਹ ਆਪਾਂ ਕਿੱਥੋਂ ਖਰੀਦਿਆ ਸੀ ਜੀ? ਕੋਟੇ ਯੂਨੀਵਰਸਿਟੀ ਚੋਂ ਜੀ, ਨਿਲਾਮੀ ਤੇ ਲਿਆ ਸੀ। ਅੱਛਾ ਜੀ, ਅੱਛਾ ਅੱਛਾ। 2002 ਚ ਲਿਆ ਸੀ। ਤੇ ਇਸ ਟਰੈਕਟਰ ਦੇ ਵਿੱਚ ਕੀ ਖਾਸ ਆ ਜੀ, ਜੋ ਆਪਾਂ ਆਮ ਟਰੈਕਟਰ ਜਿਹੜੇ ਆਉਂਦੇ ਆਪਣੇ ਫੋਰਡ ਉਹਦੇ ਨਾਲੋਂ ਤੇ ਜਾਂ ਹੋਰ ਵੱਡੇ ਟਰੈਕਟਰਾਂ ਨਾਲੋਂ, ਤੇ ਕਿੰਨੇ ਹਾਰਸ ਪਾਵਰ ਦਾ ਜੀ ਇਹ? ਇਹ ਜੀ 76.6 ਹਾਰਸ ਪਾਵਰ ਦੀ ਰਜਿਸਟ੍ਰੇਸ਼ਨ ਤੇ ਲਿਖੀ। ਹਾਂਜੀ। ਤੇ ਆਮ ਦਾ ਡੀਜ਼ਲ ਘੱਟ ਖਾਂਦਾ ਆਮ ਟਰੈਕਟਰਾਂ ਨਾਲੋਂ। ਅੱਛਾ ਜੀ। 22 ਤੇ ਪਾਵਰ ਜ਼ਿਆਦੇ ਆ। ਅੱਛਾ ਜੀ। ਹੁਣ 76 ਹਾਰਸ ਪਾਵਰ ਆ? ਨਹੀਂ, ਹੁਣ ਤਾਂ ਮਿਸਤਰੀਆਂ ਦਾ ਵੀ DI ਕੀਤਾ, ਇਹਦੇ ਪੈਸਟਨ ਦੂਜੇ ਪਾਇਆ ਤੇ ਸੀ, ADI ਦੇ ਫਾਰਮ ਟਰੈਕ 60 ਦੇ, ਹੁਣ ਇਹਨੂੰ 90 ਗਿਣਦੇ ਆ ਸੀ ਆਪਦੀ। 90 ਹਾਰਸ ਪਾਵਰ। ਹਾਂਜੀ। ਤੇ ਹੋਰ ਇਸ ਟਰੈਕਟਰ ਦੇ ਵਿੱਚ ਜੋ ਖਾਸ ਆ ਜੀ, ਉਹ ਵੀ ਸਾਨੂੰ ਜ਼ਰੂਰ ਦੱਸੋ ਇਹਦੇ ਬਾਰੇ ਜੀ। ਖਾਸ ਆ ਜੀ ਇਹਦੇ, ਜਿਵੇਂ ਬ੍ਰੇਕਾਂ ਪਹਿਲਾਂ ਹੁਣ ਤਾਂ ਆਮ ਹੀ ਆਈ ਜਾਂਦੀਆਂ ਡਿਸਕ ਤੇਲ 'ਚ, ਇਹਦੀਆਂ ਉਹਨਾਂ ਟਾਈਮਾਂ ਦੀਆਂ ਪੁਰਾਣੀਆਂ। ਹਾਂਜੀ। ਤੇ ਹੋਰ ਵੀ ਜਿਵੇਂ ਕਲੱਚ ਹੈਗਾ, PTO ਸ਼ਾਫਟ, ਇਹ ਬਹੁਤ ਵਧੀਆ, ਕੋਈ ਆਵਾਜ਼ ਨਹੀਂ ਆਉਂਦੀ ਕਿ ਜਦੋਂ ਲਾਈਦਾ ਵੀ ਚੱਲ ਪੈਂਦੀ ਆ, ਕੋਈ ਗੇਅਰ ਗੂਰ ਦੀ ਹੈ ਨਹੀਂ ਦਿੱਕਤ। ਅੱਛਾ ਜੀ। ਤੇ ਹੰਡਨ ਸਾਰਾ ਟਰੈਕਟਰ ਠੀਕ ਹੈ? ਹਾਂ, ਨਹੀਂ ਇੰਨਾ ਪੁਰਾਣਾ, ਜਿਵੇਂ 40-41 ਸਾਲ ਹੋ ਗਏ, ਬਹੁਤ ਵਧੀਆ ਕੰਮ ਕਰਦਾ, ਨਹੀਂ ਤਾਂ ਇੰਨੇ ਸਾਲ ਚੱਲਦੇ ਨਹੀਂ ਵਾਲੇ ਟਰੈਕਟਰ। ਇਹ ਇੰਡੀਆ 'ਚ ਕਿੰਨੇ ਟਰੈਕਟਰ ਆਏ ਸੀਗੇ ਜੀ? ਇਹ 30 ਨੀਲੇ ਆਏ ਸੀਗੇ, 30 ਖੱਟੇ ਆਏ ਸੀ, ਸੂਰਤਗੜ ਫਾਰਮ 'ਚ ਖੱਟੇ ਸੀਗੇ। ਅੱਛਾ ਜੀ। ਆ ਕੋਟੇ? ਅੱਛਾ ਜੀ, ਕੋਟੇ। ਹਾਂ, ਨੀਲੇ ਜਿਹੜੇ ਸੀ ਉਹ ਸੂਰਤਗੜ ਫਾਰਮ 'ਚ ਸੀ, 30 ਟਰੈਕਟਰ। ਅੱਛਾ ਜੀ। ਹਾਂ, ਯੂਨੀਵਰਸਿਟੀ ਰਾਜਸਥਾਨ ਨੇ ਲਏ ਸੀਗੇ ਇੰਗਲੈਂਡ 'ਚੋਂ। ਹਾਂ ਜੀ। ਤੇ ਹੁਣ ਜਿਵੇਂ ਜੇ ਤੁਹਾਨੂੰ ਕੋਈ ਕੰਮ ਕਰਾਉਣਾ ਪੈਂਦਾ, ਸਪੇਅਰ ਪਾਰਟ ਇੱਥੋਂ ਮਿਲ ਜਾਂਦਾ ਇਸਦਾ? ਹਾਂ ਜੀ, ਅਸੀਂ ਤਾਂ ਤਲਵੰਡੀ ਕਰਾ ਕਰੂ ਲੈਂਦੇ, ਇੱਥੋਂ ਹੀ ਲੈ ਲੈਂਦੇ, ਆਮ ਹੀ ਪੈ ਜਾਂਦਾ ਸਮਾਨ, ਕੋਈ ਦਿੱਕਤ ਨਹੀਂ ਗੀ। ਅੱਛਾ ਜੀ। ਹਾਂਜੀ। ਤੇ ਕਿੰਨੇ ਗੇਅਰ ਆ ਜੀ ਇਹਦੇ? ਉਹ 3600 ਵਾਲੇ ਹੀ ਹੈ ਜੀ, 4 ਗੇਅਰ। ਹਾਂਜੀ, ਸੇਮ ਹੀ, ਉਹਨਾਂ ਹੀ ਤੁਰਦਾ, ਹਰੇਕ ਗੇਅਰ 'ਚ 3600 ਵੋਲਟ ਜਿੰਨੇ। ਅੱਛਾ ਜੀ। ਅਗਾਂਹ ਨੂੰ ਵੀ ਪਿਛਾਂਹ ਨੂੰ ਵੀ ਹਰੇਕ ਬਰਾਬਰ ਹੀ ਆ। ਤੇ ਇਹ ਪਾਵਰ ਤੁਸੀਂ ਬਾਅਦ ਵਿੱਚ ਕਰਵਾਇਆ ਜੀ? ਇਹ ਬਾਅਦ 'ਚ ਕਰਾਇਆ ਸੀਗਾ, ਕੁਛ ਟਰੈਕਟਰ ਆਏ ਵੀ ਸੀ ਪਰ ਇਹਨੂੰ ਬਾਅਦ 'ਚ ਕਰਾਇਆ ਸੀਗਾ। ਤੇ ਤੇਲ ਦਾ ਖਰਚਾ ਇਹਦਾ ਕਿੰਨਾ ਕਾ ਜੀ? ਇਹ 1.5 ਲੀਟਰ ਨਾਲ ਕਿੱਲਾ ਕਲਟੀਵੇਟਰ ਵਾਹੁੰਦਾ, 2.25 ਨਾਲ ਤਵੀਆਂ। ਤੇ ਕਲਟੀਵੇਟਰ ਕਿੰਨੇ ਪਾਉਣੇ ਜੀ ਇਹਦੇ ਮਗਰ? 17 ਜੀ, ਤਵੀਆਂ 24। ਅੱਛਾ ਜੀ। ਹਾਂਜੀ। ਤੇ ਆ ਪੰਪ ਇਹਦਾ, ਇਹ ਵੀ ਸਪੈਸ਼ਲ ਲੱਗਦਾ ਜੀ, ਇਹਦੇ ਬਾਰੇ ਦੱਸੋ। ਇਹ ਇਹਨਾਂ ਦੇ ਨਾਲ ਹੀ ਆਉਂਦਾ, ਸੈਮਸੰਗ ਦਾ ਕਹਿ ਦਿੰਦੇ ਆ, ਇਹ ਇਹਨਾਂ ਦੇ ਓਰੀਜਨਲ ਹੀ ਆ ਪੰਪ ਜਿਹੜਾ ਨਾਲ ਆਇਆ ਸੀਗਾ। ਹਾਂਜੀ, ਇਹਦਾ ਇੱਕ ਵਾਰੀ ਨਾਈਲਾਂ ਤੇ ਪਲੰਜਰ ਪਾਏ ਆ। ਅੱਛਾ ਜੀ। ਹਾਂਜੀ, ਜਿਉਂ ਲਿਆ ਅਸੀਂ ਠੀਕ ਹੈ ਜੀ, ਇਹਨਾਂ ਉਦੋਂ ਬਾਅਦ ਨਹੀਂ ਕੁਛ ਕਰਾਇਆ। ਤੇ ਇੰਜਨ ਦਾ ਕੰਮ ਤੁਸੀਂ ਕਰਵਾਇਆ ਜੀ? ਇੰਜਨ ਦਾ ਕ੍ਰੈਂਕ ਨਹੀਂ ਜੀ ਕਰਾਈ ਹਜੇ ਤਾਈਂ, ਪੈਸਟਨ ਸਲੀਪ ਹੋਏ ਸੀਗੇ। ਅੱਛਾ ਜੀ। 2002 ਚ? ਹਾਂਜੀ। ਹਾਂ, ਉਦੋਂ ਮਗਰੋਂ ਇੱਕ ਵਾਰੀ ਮੈਂ ਦਮਾਰੋ ਰਿੰਗ ਪਾਏ ਸੀਗੇ। ਅੱਛਾ ਜੀ। ਰੇਡੀਏਟਰ ਦਾ ਵੀ ਦੱਸੋ ਜੀ, ਰੇਡੀਏਟਰ ਨਾਲ ਦਾ ਹੀ ਹੈ ਜੀ, ਪਹਿਲਾਂ ਹੀ ਹੈ, 40-41 ਸਾਲ ਹੋ ਗਏ ਓਰੀਜਨਲ ਹੀ ਹੈ ਨਾਲ ਦਾ। ਅੱਛਾ ਜੀ। ਹਾਂਜੀ। ਮਗਰਾਟ ਹੈ ਜਿਹੜੇ ਸਾਈਡ ਨੂੰ ਵੀ ਹੋ ਜਾਂਦੇ ਆ, ਠਾਹ ਨੂੰ ਵੀ ਉੱਚੇ ਨੀਵੇਂ ਆ, ਮੰਨ ਲਓ ਥੱਲੇ ਪਲੇਟਾਂ ਪਾ ਕੇ ਜਿਵੇਂ ਮਰਜ਼ੀ ਕਰ ਲਓ। ਦੂਜਾ ਇਹਦੇ ਮਗਰਲੇ ਅਕਸਲ ਆ ਜਿਹੜੇ, ਇਹਨਾਂ ਦੀ ਅੱਜ ਤਾਈਂ ਕੋਈ ਰਿਪੇਅਰ ਨਹੀਂ ਹੋਈ। ਤੇ ਸੀਲਾਂ ਜਿਹੜੀਆਂ, ਸੀਲਾਂ ਵੀ ਅੱਜ ਤਾਈਂ ਓਰੀਜਨਲ ਆਈ, ਸੀਲ ਵੀ ਨਹੀਂ ਬਦਲੀ, ਬੈਰਿੰਗ ਤਾਂ ਕੀ ਬਦਲਣਾ ਹੈ। ਜਿਹੜੇ ਸਪੈਂਡਲ ਆ ਇਹਦੇ ਸਪੈਂਡਲ ਵੀ ਓਰੀਜਨਲ ਆ, ਕੋਈ ਸਪੈਂਡਲ ਨਹੀਂ ਟੁੱਟਿਆ ਅੱਜ ਤਾਈਂ। ਅੱਛਾ ਜੀ। ਹਾਂ, ਸਪੈਂਡਲਾਂ ਦੇ ਬੁਸ਼ ਵੀ ਨਹੀਂ ਲਵਾਏ, ਬਿਲਕੁਲ ਓਰੀਜਨਲ ਹੈ ਸਪੈਂਡਲ ਵੀ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਲਾਈਟਾਂ ਵਗੈਰਾ ਨਾਲ ਦੀਆਂ ਓਰੀਜਨਲ ਹੀ ਆ ਕਿ ਬਾਅਦ ਵਿੱਚ ਲਵਾਈਆਂ? ਨਹੀਂ, ਇਹ ਲਾਈਟਾਂ ਦੋਵੇਂ ਜਿਹੜੀਆਂ ਇਹ ਬਾਅਦ ਚ ਲਵਾਈਆਂ, ਹੋਰ ਰੇਲ ਗ੍ਰਿੰਡਰ ਆ ਜਿਹੜਾ ਇਹਦਾ ਓਰੀਜਨਲ ਹੀ ਆ। ਅੱਛਾ ਜੀ। ਹਾਂਜੀ। ਤੇ ਜਿਹੜਾ ਸਲਾਂਸਰ ਆ ਇਹ ਵੀ ਇਹਦਾ ਚੇਂਜ ਕੀਤਾ, ਇਹ ਦੋਵੇਂ ਚੇਂਜ ਆ। ਸੈਲਫ ਜਿਹੜੀ ਸੈਲਫ ਆ ਉਹ? ਨਹੀਂ, ਸੈਲਫ ਓਰੀਜਨਲ ਹੀ ਆ ਸੈਲਫ। ਹਾਂ, ਨਹੀਂ ਸੈਲਫ ਓਰੀਜਨਲ ਆ। ਤੇ ਡੈਨਮੋ ਇਹਦਾ ਸਾਡੇ ਇੱਥੇ ਪਿਆ ਹੋਇਆ, ਪਰ ਡੈਨਮੋ ਦੀ ਥਾਂ ਤੇ ਅਸੀਂ ਅਲਟਰਨੇਟਰ ਲਾਤਾ। ਅੱਛਾ ਜੀ। ਤੇ ਸਟਾਰਟਿੰਗ ਇਹਦੀ ਸੌਖੀ ਹੈ ਜਿਵੇਂ ਆਮ ਦੂਜੀ? ਨਹੀਂ, ਸਟਾਰਟਿੰਗ ਮਾੜੇ ਜਿਹੇ ਨਾਲ ਹੀ ਹੋ ਜਾਂਦਾ, ਸਟਾਰਟਿੰਗ ਦਾ ਕੋਈ ਚੱਕਰ ਨਹੀਂ। ਹਾਂ, ਜਿਹੜਾ ਇਹਦਾ ਲੈਫਟ ਆ ਜੀ, ਲੈਫਟ ਇਹਦੀ ਜਿਹੜੇ ਆਪਣੇ ਆਮ ਜ਼ਿਮੀਂਦਾਰ ਚਲਾਉਂਦੇ ਪਹਿਲਾਂ ਵਾਲੇ, ਵੀ ਜਿਹੜੀ
3000 फुट दिंदी ओह इहदी लिफ्ट है जी ऑटोमैटिक आ ओह अंदरला लीवर है कि बाहरला लीवर इक्को ही आ लीवर तो जिवें इक ही लीवर है आ अगला आ दिंदा कंट्रोल नहीं होनी आ जिहड़ा अंदरला लीवर आ इह कंट्रोल करन वास्ते एड ओडी स्टेज ते हो जांदा जी इक इत्थे हो गया जी इक उहदे उत्ते हो गया जी जे इहनूं ट्राली ते लाउणा आ जिहड़ा बटन है इहनूं बाहर खिच लो हां जी ਇਹ ਟਰਾਲੀ ਤੋਂ ਜਾਂਦਾ ਇੱਥੋਂ ਟਰਾਲੀ ਚੱਕ ਲੋ ਇੱਥੇ ਸਿੱਟ ਦਿਓ ਜੀ ਹਾਂਜੀ ਹਾਂਜੀ ਇਹ ਹੈਂਡ ਬ੍ਰੇਕ ਆ ਜੀ ਇਹ ਸਲਿੱਪ ਗੇਅਰ ਆ ਜੀ ਹਾਂਜੀ ਹਾਂਜੀ ਹਾਈ ਲੋ ਕੱਢ ਕੇ ਹਜੇ ਵੀ ਹਾਈ ਲੋ ਗੇਅਰ ਕੱਢ ਕੇ ਸਟਾਰਟ ਹੁੰਦਾ ਹੁਣ ਵੀ ਹਾਂ ਹਾਂ ਜੇ ਹਾਈ ਲੋ ਕੱਢੋਗੇ ਤਾਂ ਫੇਰ ਇਹ ਸਟਾਰਟ ਹੋਊਗਾ ਜੀ कलच बैरिंग बाहरों ग्रीस हुंदा हां जी हां जी कलच बैरिंग इत्थों बाहरों ग्रीस हो जांदा जी हां जी हां जी जिहड़े इहदे गेयर आ ओह सेम पहले छोटे फोट दे नाल दे आ कोई फर्क नहीं जिथे ओहदे लगता बैक उथे बैक आ जिवें पहला दूजा तीजा चौथा उवें है सेम ओहदे वांगू ही आ जी किन्नी पुरानी तकनीक अपने होने वाले चाहते डिस्ट्रीब्यूटर लिफ्ट चकन आले इन्हां दे उदों दा ही तकनीक पुरानी जिवें फोर्ड दीआं ब्रेकां जो कामयाब ज्यादा नहीं हैगीआं इहदीआं इहदीआं डिस्क आ तेल च गरारी गरूरी नी कोई लिफ्ट पंप च प्रेशर जांदा है अड क्लच प्लेट मगरले पासे ਗਰਾਰੀ ਸਿਸਟਮ ਨੇ ਕਲੱਚ ਹੀ ਜੁੜਦਾ ਜੋ ਤੇਲ ਨਾਲ ਲੱਗਦਾ ਤਾਂ ਕੋਈ ਆਵਾਜ਼ ਨਹੀਂ ਕੁਛ ਨਹੀਂ ਬਹੁਤ ਵਧੀਆ ਸਿਸਟਮ ਆ ਅੱਛਾ ਜੀ ਹਾਂ ਮਸ਼ੀਨ ਨੂੰ ਝਟਕਾ ਨਹੀਂ ਵੱਜਦਾ ਕਿਸੇ ਰੋਟਾਵੇਟਰ ਨੂੰ ਆਰਾਮ ਨਾਲ ਸਲੋ ਚਲਾ ਕੇ ਆਪੇ ਸਪੀਡ ਫੜ ਲੈਂਦਾ ਟਾਇਰ ਇਹਦੇ ਜਿਹੜੇ ਸਪੈਸ਼ਲੀ ਲੈਣੇ ਪੈਂਦੇ ਹੈਗੇ ਹਾਂ ਕੰਬਾਈਨ ਵਾਲੇ ਜੀ 18430 ਦੇ ਓਰੀਜਨਲ ਇਹੀ ਆਉਂਦੇ ਇਹਨੂੰ ਪਹਿਲਾਂ ਇਹੀ ਐ ਓਰੀਜਨਲ ਤੇ ਉਹ ਤਾਂ ਹੀ ਤਾਂ ਇਹ ਚੌਥੀ ਜੋੜੀ ਪਾਤੀ ਆ ਅੱਛਾ ਜੀ ਹਾਂ ਤਿੰਨ ਇਹਦੂ ਪਹਿਲਾਂ ਖਾਸ ਗਈਆਂ ਹਾਂਜੀ ਤੇ ਚੌਥੀ ਵਾਰ ਚੜਾਏ ਆ ਹੁਣ ਠੀਕ ਹੈ ਜੀ ਮਗਰਾੜ ਮਰੂਟ ਵੇਖ ਲਓ ਤੁਸੀਂ ਹਜੇ ਓਰੀਜਨਲ ਆ ਠੀਕ ਨਹੀਂ ਤਾਂ ਆਪਣੇ ਤਾਂ 10 ਸਾਲਾਂ 15 ਚ ਟਰੈਕਟਰਾਂ ਦੇ ਗਲ ਜਾਂਦੇ ਹਾਂਜੀ ਲੋਵਾ ਚੰਗਾ ਬਣਿਆ ਵਧੀਆ ਚੰਗਾ ਲੋਵਾ ਬਣਿਆ ਹਾਂ ਆਵੇ ਜਿਹੜਾ ਮੈਂ ਤੁਹਾਨੂੰ ਦੱਸਦਾ ਹੀ ਸਟਿੱਕਰ ਅੱਜ ਕੱਲ ਐਵੇਂ ਪੱਟੇ ਜਾਂਦੇ ਆ ਆ ਕਿਸੇ ਨੇ ਵੀ ਤੁਹਾਨੂੰ ਦੱਸੇ ਨੇ ਪੱਟਿਆ ਨਹੀਂ ਗਿਆ ਖਰਚਤਾ ਮੇਡ ਇਨ ਇੰਗਲੈਂਡ ਲਿਖਿਆ ਹੁੰਦਾ ਸੀਗਾ ਅੱਛਾ ਜੀ ਤੇ ਕਿਸੇ ਨੇ ਸ਼ਰਾਰਤ ਨਾਲ ਵੀ ਢਾ ਦਈਏ ਤੇ ਪਰ ਸਟਿੱਕਰ ਨਹੀਂ ਪੱਟਿਆ ਗਿਆ ਇੰਨੇ ਕਰੜੇ ਮਜ਼ਬੂਤ ਲਏ ਆ उम्मीद करते दर्शको वीडियो आज की पसंद आई होगी फोर्ड 600 जो खट्टे रंग का ट्रैक्टर क्योंकि काफी घट ट्रैक्टर आए 60 ट्रैक्टर आए 30 खट्टे 30 नीले इस ट्रैक्टर बारे जो जानकारियां सी वो तुहानू दित्तियां अज उम्मीद करते हैं जानकारी वधिया।